ਵਿਕਰਮਜੀਤ ਮਜੀਠੀਆ ਤੈਨੂੰ ਭਗਵੰਤ ਮਾਨ ਦਾ ਬਹੁਤ ਜ਼ਿਆਦਾ ਸੋਗ ਆਇਆ ਉਹ ਜਾਜ ਤੋਂ ਡਿੱਗਿਆ ਪ੍ਰਿੰਸ ਕਾਨਫਰੰਸ ਕਰ ਲਈ ਮੀਡੀਆ ਸਾਹਮਣੇ ਸਭ ਕੁਝ ਦੱਸਿਆ ਕਿ ਉਹ ਸ਼ਰਾਬ ਪੀ ਕੇ ਡਿੱਗਿਆ ਉਹ ਐਂ ਡਿੱਗਿਆ ਲੋਕਾਂ ਦਾ ਪੈਸਾ ਬਰਬਾਦ ਹੋ ਰਿਹਾ ਕਿਹੜੇ ਲੋਕਾਂ ਦੀ ਗੱਲ ਕਰਦਾ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਵਰਤਦੇ ਆਏ ਆ ਜਾਂ ਉਹ ਲੋਕ ਜਿਨ੍ਹਾਂ ਤੋਂ ਵੋਟਾਂ ਲੈ ਕੇ ਉਸ ਤੋਂ ਬਾਅਦ ਅੱਜ ਤੱਕ ਨਹੀਂ ਜਾਂ ਉਹ ਲੋਕ ਜਿਹੜੇ ਤੁਹਾਡੇ ਪਿੰਡਾਂ ਦੇ ਮੋਢੀ ਹੁੰਦੇ ਸੀ ਉਹਨਾਂ ਦੇ ਜਿਹੜੇ ਕਹਿ ਲੋ ਅੰਡਰ ਚੱਲਦੇ ਸੀ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਕਿਹੜੇ ਲੋਕਾਂ ਦੀ ਗੱਲ ਕਰਦੇ ਆ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਲੋਕਾਂ ਦੀ ਤੱਕ ਕਿਸੇ ਮੰਤਰੀ ਨੇ ਗੱਲ ਕੀਤੀ ਨਹੀਂ ਸੂਸੀ ਅਕਬਰ ਦੇ ਮੰਤਰੀਆਂ ਤੁਸੀਂ ਲੋਕਾਂ ਦੇ ਮੰਤਰੀ ਨਹੀਂ ਗੇ ਤੁਸੀਂ ਅਕਬਰ ਦੇ ਮੰਤਰੀ ਆ ਅਕਬਰ ਦੇ ਮੰਤਰੀ ਤੈਨੂੰ ਭਗਵੰਤ ਮਾਨ ਦਾ ਫਿਕਰ ਪੈ ਗਿਆ ਉਹ ਪ੍ਰੈਸ ਕਾਨਫਰੰਸ ਰੱਖੀ 20 30 ਪੱਤਰਕਾਰ ਬੁਲਾ ਲਏ ਇਹ ਦੱਸਿਆ ਕਿ ਉਹ ਭਾਈ ਸ਼ਰਾਬ ਪੀਤੀ ਸੀ ਸ਼ਰਾਬ ਪੀਤੀ ਦੇ ਵਿੱਚ ਡਿੱਗਿਆ ਬਾਅਦ ਦੇ ਵਿੱਚ ਉਹਦਾ ਬਲੱਡ ਵਧਿਆ ਘਟਿਆ ਫੇਰ ਉਹਨੂੰ ਜਾ ਕੇ ਦਿੱਲੀ ਲੈ ਗਿਆ ਤੇ ਇਹ ਵੇਖੋ ਜੀ ਬਿਮਾਰ ਤਾਂ ਇਹ ਨਹੀਂ ਬਿਮਾਰ ਤਾਂ ਪੰਜਾਬ ਦੇ ਲੋਕ ਹੋਇਆ ਪੈਸਾ ਤਾਂ ਪੰਜਾਬ ਦੇ ਲੋਕਾਂ ਦਾ ਲੱਗਣਾ ਜਿਹੜੀਆਂ ਸੜਕਾਂ ਬਣੀਆਂ ਸੀ ਉਹ ਵੀ ਪੰਜਾਬ ਦੇ ਲੋਕਾਂ ਦੀਆਂ ਬਣੀਆਂ ਸੀ ਤੇ ਉੱਥੋਂ ਲੰਘਣ ਦੇ ਲੋਕ ਪੈਸੇ ਦਿੰਦੇ ਸੀ ਨਾਮ ਕੌਣ ਵਰਤਦਾ ਰਿਹਾ ਬਾਦਲ ਕੇ ਜਿੰਨਾ ਦਾ ਤੂੰ ਬੰਦਾ ਉਹ ਵਰਤਦੇ ਰਿਹਾ ਕਿ ਅਸੀਂ ਸੜਕਾਂ ਬਣਾਤੀਆਂ ਅਸੀਂ ਆਹ ਕਰਤਾ ਉਸ ਸੜਕਾਂ ਤੋਂ ਲੰਘਣ ਵਾਸਤੇ ਟੂਲ ਟੈਕਸ ਲੱਗੇ ਹੁੰਦੇ ਆ ਤੇ ਕਈ ਐਵੇਂ ਆ ਕੇ ਜਿਹੜੇ ਬਾਦਲਾਂ ਦਾ ਜਾਂ ਕੋਈ ਹੋਰ ਕਹਿੰਦੇ ਆ ਬਾਈ ਸੜਕਾਂ ਬਣਾਤੀਆਂ ਉਹ ਕਰਤੀਆਂ ਖੈਰ ਜੇ ਗੱਲ ਬਿਮਾਰੀ ਦੀ ਹੋਈ ਆ ਜੇ ਗੱਲ ਜਾਜ ਤੋਂ ਡਿੱਗਣ ਦੀ ਹੋਈ ਆ ਤੇ ਫਿਰ ਮੈਂ ਬਿਮਾਰਾਂ ਦੀ ਗੱਲ ਹੀ ਕਰੂੰਗਾ ਭਗਵਾਨ ਤਮਨ ਜਾਜ ਤੋਂ ਡਿੱਗਿਆ ਤੂੰ ਤੈਨੂੰ 20 30 ਚੈਨਲ ਵੀ ਮਿਲ ਗਿਆ ਪ੍ਰਿੰਸ ਕਾਨਫਰੰਸ ਰੱਖਣ ਵਾਸਤੇ ਗੱਲ ਕਰਨ ਵਾਸਤੇ ਸਮਾਂ ਵੀ ਮਿਲ ਗਿਆ ਪਰ ਜਿਹੜੇ ਲੋਕ 10 10 ਮਹੀਨਿਆਂ ਦੇ ਬਿਮਾਰ ਪਏ ਆ ਉਹਨਾਂ ਦੀ ਕਦੇ ਕੋਈ ਪੁੱਛਗਿੱਛ ਨਹੀਂ ਕਰਦਾ ਹਸਪੀਟਲਾਂ ਦੇ ਵਿੱਚ ਇਹ ਉਹ ਭਗਵੰਤ ਮਾਨਾ ਜਿਹੜਾ ਮੁੱਖ ਮੰਤਰੀ ਆ ਇਹਦੇ ਕੋਲ ਵੱਡੇ ਵੱਡੇ ਬਿਜ਼ਨਸਮੈਨ ਪਹੁੰਚ ਜਾਣਗੇ ਪਰ ਜਿਹੜੇ ਪਿੰਡਾਂ ਦੇ ਵਿੱਚ ਲੋਕ ਬਿਮਾਰ ਪਏ ਆ ਉਹਨਾਂ ਕੋਲ ਕੋਈ ਸਰਦਾਰ ਵਰਦਾ ਮੈਂਬਰ ਨਹੀਂ ਪਹੁੰਚਦਾ ਕਿ 10 ਭਾਈ ਤੈਨੂੰ ਕਿਸ ਚੀਜ਼ ਦੀ ਲੋੜ ਆ ਕਿਉਂਕਿ ਉਹ ਮੁੱਖ ਮੰਤਰੀ ਆ ਰੱਬ ਨਾ ਕਰੇ ਮਜੀਠੀਆ ਤੂੰ ਬਿਮਾਰ ਨਾ ਤੇਰੇ ਕੋਲੇ ਵੀ ਲੋਕਾਂ ਦੇ ਏਟੀਐਮ ਪਹੁੰਚ ਜਾਣੇ ਆ ਕਿ ਜਿੰਨਾ ਪੈਸਾ ਲੱਗਦਾ ਲਾਓ ਪਰ ਸਾਡੇ ਮਜੀਠੀਆ ਸਾਹਿਬ ਨੂੰ ਕੁਝ ਨਹੀਂ ਹੋਣਾ ਚਾਹੀਦਾ ਪਰ ਜਦੋਂ ਕੋਈ ਪੰਜਾਬ ਦਾ ਗਰੀਬ ਵਿਅਕਤੀ ਬਿਮਾਰ ਹੁੰਦਾ ਚਾਹੇ ਉਹ ਹਿੰਦੂ ਮੁਸਲਮ ਸਿੱਖੀ ਸਾਈ ਹੋਵੇ ਚਾਹੇ ਐਸ்சி ਬੀਸੀ ਜਰਨਲ ਹੋਵੇ ਕਿਸੇ ਜਾਤੀ ਕਿਸੇ ਧਰਮ ਦਾ ਹੋਵੇ ਉਹਦੇ ਕੋਲ ਕੋਈ 10 ਰੁਪਏ ਨਹੀਂ ਲੈ ਕੇ ਜਾਂਦਾ ਤੁਹਾਡੇ ਕੋਲੇ ਏਟੀਐਮ ਪਹੁੰਚ ਜਾਂਦੇ ਆ ਅੱਜ ਭਗਵੰਤ ਮਾਨ ਦੀ ਗੱਲ ਕਰ ਰਿਆਂ ਉਹਨਾਂ ਦੀ ਗੱਲ ਕਰਖਾਂ ਅਕਬਰ ਦੇ ਮੰਤਰੀ ਅਕਬਰ ਦਾ ਮੰਤਰੀ ਕਿਉਂ ਕਹਿ ਰਿਹਾ ਕਿਉਂਕਿ ਜਿਹੜੇ ਅਕਬਰ ਦੇ ਮੰਤਰੀ ਸੀ ਉਹਨਾਂ ਨੇ ਕਦੇ ਪਰਜਾ ਦਾ ਨਹੀਂ ਸੋਚਿਆ ਸੀ ਉਹਨਾਂ ਨੇ ਵੀਰਬਾਲ ਤੇ ਤੰਜ ਕਸਣ ਦਾ ਹੀ ਸੋਚਿਆ ਸੀ ਤੇ ਜਿੰਨੇ ਤੁਸੀਂ ਮੰਤਰੀਆਂ ਸਾਰੇ ਅਕਬਰ ਦੇ ਮੰਤਰੀਆਂ ਤੁਸੀਂ ਹਰ ਇੱਕ ਮੰਤਰੀ ਤੇ ਤੰਜ ਕੱਸਦੇ ਆ ਉਹਦਿਆਂ ਨਾਲੇ ਕੀਆਂ ਲਿਆਉਣ ਨੂੰ ਅੱਗੇ ਫਿਰਦੇ ਹੁੰਦੇ ਆ ਪਰ ਪੰਜਾਬ ਨੂੰ ਪਰਜਾਂ ਨੂੰ ਅੱਗੇ ਲੈ ਕੇ ਜਾਣ ਦੀ ਕਦੇ ਤੁਸੀਂ ਗੱਲ ਨਹੀਂ ਕੀਤੀ ਕਿਵੇਂ ਲੈ ਕੇ ਜਾਣਾ ਵੋਟ ਮੰਗਣ ਤੱਕ ਤੁਸੀਂ ਰਹਿ ਗਏ ਆ ਵੋਟਾਂ ਵਾਲੇ ਦਿਨ ਬਰਸਾਤੀ ਡੱਡੂ ਬਣ ਕੇ ਤੁਸੀਂ ਨਿਕਲਦੇ ਆ ਪਰ ਉਦੋਂ ਬਾਅਦ ਕੋਈ ਲੋਕਾਂ ਦੀ ਪੁੱਛ ਪੜਤਾਲ ਨਹੀਂ ਕਰਦਾ ਮਨਜੀਠਿਆ ਉਹ ਮਨਜੀਠਿਆ ਜੀ ਪੰਜਾਬ ਦੇ ਵਿੱਚ ਤੁਰੋ ਬਾਦਲ ਸਾਹਮਣੇ ਪੰਜਾਬ ਬਚਾਓ ਯਾਤਰਾ ਤੋਰੀ ਸੀ ਜਿੰਨਾ ਪੈਸਾ ਪੰਜਾਬ ਬਚਾਓ ਯਾਤਰਾ ਤੇ ਲੱਗਿਆ ਉਹਨਾ ਪੈਸਾ ਲਾ ਕੇ ਜਿਹੜੇ ਪੰਜ ਪੰਜ ਧੀਆਂ ਦੇ ਪਿਓ ਮੰਝਿਆਂ ਤੇ ਪਏ ਆ ਜਿਹੜੇ ਘਰ ਦੇ ਮੋਢੀ ਕਮਾਉਣ ਵਾਲੇ ਮੰਝਿਆਂ ਤੇ ਪਏ ਆ ਜਿਨ੍ਹਾਂ ਦਾ ਕੱਲਾ ਕੱਲਾ ਪੁੱਤ ਜਵਾਨ ਹੋਵੇ ਵਿਆਹ ਦੀ ਉਮਰ ਦੇ ਵਿੱਚ ਮੰਝੇ ਤੇ ਪਏ ਆ ਉਹਨਾਂ ਦਾ ਇਲਾਜ ਕਰਵਾਇਆ ਹੁੰਦਾ ਤੇ ਐਮਪੀ ਦੀਆਂ ਸੀਟਾਂ ਤੁਹਾਡੀਆਂ 13 ਦੇ ਵਿੱਚੋਂ ਜੇਕਰ ਨਾ 9 ਜਾਂ 10 ਆਉਂਦੀਆਂ ਮੈਂ ਬੈਠਾ ਸੀ ਕਿਉਂਕਿ ਤੁਸੀਂ ਸਿਰਫ ਤੇ ਸਿਰਫ ਗੱਡੀਆਂ ਤੇ ਘੁੰਮਣ ਜੋਗਰੇ ਰਹਿ ਗਿਆ ਕੀ ਯਾਰਾ ਭਗਵੰਤ ਮਾਨ ਦਾ ਮੁੱਦਾ ਚਲਾਈ ਖੜਿਆ ਅਸੀਂ ਬੋਲੀਏ ਥੋੜਾ ਬੋਲਣ ਦਾ ਤਾਂ ਕੋਈ ਹੱਕ ਨਹੀਂ ਉਹਦੇ ਉਹ ਤਾਂ 2 ਸਾਲ ਹੋਏ ਆਏ ਨੂੰ 5 ਸਾਲ ਮੁੱਖ ਮੰਤਰੀ ਕੌਣ 5 ਵਾਰੀ ਮੁੱਖ ਮੰਤਰੀ ਕੌਣ ਰਿਹਾ 10 ਸਾਲ ਇਕੱਠੀ ਸਰਕਾਰ ਕੀਦੀ ਰਹੀ ਆ ਤੁਸੀਂ ਹਲੇ ਤੱਕ ਮੰਤਰੀਆਂ ਦਾ ਇਲਾਜ ਕਰਾਉਣ ਵਾਸਤੇ ਹਸਪੀਟਲ ਨਹੀਂ ਬਣਾ ਸਕੇ ਤੇ ਲੋਕਾਂ ਦਾ ਤਾਂ ਬੰਨਾ ਹੀ ਕੀ ਆ ਆ ਲੋਕਾਂ ਦੇ ਆਓ ਖਾ ਮੈਂ ਗਟਾਵਾਂ ਇੱਕ ਜਲਾਲਾਬਾਦ ਹਲਕੇ ਦੇ ਵਿੱਚ ਪੰਜ ਸੱਤ ਘਰ ਇਹੋ ਜੇ ਬਿਮਾਰ ਪਏ ਆ ਜਿਨ੍ਹਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਮਲੋਟ ਹਲਕੇ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਬਿਮਾਰ ਪਏ ਆ ਬੱਲੂਆਣੇ ਹਲਕੇ ਦੇ ਵਿੱਚ ਆ ਬੋਹਰ ਹਲਕੇ ਦੇ ਵਿੱਚ ਫਾਜ਼ਿਲਕਾ ਹਲਕੇ ਦੇ ਵਿੱਚ ਗੁਰੂਅਰਸਾ ਹਲਕੇ ਦੇ ਵਿੱਚ 117 ਹਲਕਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਬਿਮਾਰ ਪਏ ਆ ਤੁਸੀਂ ਇਕੱਲੇ ਵਿਧਾਨ ਸਭਾ ਚ ਮੇਸ਼ ਖੜਕਾਉਂਾਸਤੇ ਹੀ ਰਹਿ ਗਏ ਆ ਤੁਹਾਨੂੰ ਲੋਕਾਂ ਦੀ ਪਰਵਾਹ ਹੀ ਨਹੀਂ ਉਹ ਭਗਵੰਤਮਾਨ ਕੋਲੇ ਤਾਂ ਪਤਾ ਨਹੀਂ ਕਿਹਨੇ ਕਿਹਨੇ ਪਹੁੰਚ ਜਾਣਾ ਭਗਵੰਤਮਾਨ ਦੀ ਸ਼ਰਾਬ ਪੀਤੀ ਸੀ ਮੈਂ ਭਗਵੰਤਮਾਨ ਨੂੰ ਵੀ ਕਹੂੰਗਾ ਯਾਰ ਮੈਨੂੰ ਇਹ ਤਾਂ ਨਹੀਂ ਪਤਾ ਵੀ ਤੇਰੀ ਪੀਤੀ ਸੀ ਕਿ ਨਹੀਂ ਪੀਤੀ ਸੀ ਜੇ ਭਰਾਵਾ ਤੂੰ ਪੀਣਾ ਹੀ ਆ ਤਾਂ ਫੇਰ ਕੋਈ ਘਰੇ ਬਹਿ ਕੇ ਬੰਦਾ ਪੀਲੇ ਇਹ ਇਨਰਗਿਆਂ ਤੋਂ ਕਿਉਂ ਗੱਲਾਂ ਕਰਾਉਂਦਾ ਫਿਰਦਾ ਸਭ ਤੋਂ ਵੱਡੀ ਨਲਾਇਕੀ ਤਾਂ ਮਜੀਠੀਆ ਕੀਦੀ ਆ ਜੇ ਕਰ ਯਾਦ ਰੱਖੋ ਮੈਨੂੰ ਇਹ ਕਹਾਵਤ ਗਲਤ ਨਾ ਕਿਨੋ ਜੇ ਕਹਾਵਤ ਸੱਚ ਆ ਇੱਕ ਜਨਾਨੀ ਦਾ ਜਿਹੜਾ ਘਰ ਵਾਲਾ ਉਹ ਕੰਮ ਧੰਦਾ ਨਹੀਂ ਕਰਦਾ ਉਹ ਕੰਮ ਧੰਦਾ ਨਹੀਂ ਕਰਦਾ ਘਰੇ ਪਿਆਰਿਆਂ ਦਾ ਮੰਜੇ ਤੇ ਘਰ ਵਾਲੀ ਕਹਿੰਦੀ ਆ ਬੋਲਦਾ ਨਹੀਂ ਜਵਾਕ ਵੱਡੇ ਹੁੰਦੇ ਜਾਂਦੇ ਆ ਕੱਲ ਨੂੰ ਵਿਆਹ ਸ਼ਾਦੀ ਕਰਨਾ ਉਹ ਸਹਰਾਣੇ ਥੱਲੇ ਸਿਰ ਲੈ ਕੇ ਸੌ ਜਾਂਦੇ ਆ ਤੇਰੇ ਅਰਗੇ ਬਾਅਦ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਤਾਂ ਹੁਣ ਕੁਝ ਨਹੀਂ ਕਰਨਾ ਤੇ ਉਹ ਉਹਨੇ ਵਿਚਾਰੀ ਨੇ ਕੋਈ ਹੋਰ ਸੇੜ ਲਿਆ ਹੁਣ ਕੋਹ ਨੂੰ ਕਿ ਪਤਾ ਸੀ ਵੀ ਉਹ ਸ਼ਰਾਬੀ ਨਿਕਲੂਗਾ ਉਹਨੇ ਜਮਾ ਹੀ ਨਹੀਂ ਕੁਝ ਕੀਤਾ ਤੇ ਇਹ ਚ ਗਲਤੀ ਕੀ ਦੀ ਆ ਪਹਿਲਾਂ ਵਾਲੇ ਘਰ ਵਾਲੇ ਦੀ ਜੇਕਰ ਉਹ ਚੰਗਾ ਹੁੰਦਾ ਉਹਨੂੰ ਲੋੜ ਨਹੀਂ ਪੈਣੀ ਸੀ ਤੇ ਜੇਕਰ ਤੁਸੀਂ ਚੰਗੇ ਹੁੰਦੇ ਤੁਸੀਂ ਕਿੰਨਾ ਕੁ ਵਿਕਾਸ ਕਰਤਾ ਤੁਸੀਂ ਗੱਲਾਂ ਕਰਨ ਯੋਗ ਰਹੇ ਆ ਉਹ ਤੁਸੀਂ ਸਿਰਫ ਦੇ ਸਿਰਫ ਡਰਾਮੇ ਬਾਜ਼ੀਆਂ ਕਰਨ ਯੋਗ ਰਹੇ ਆ ਤੁਸੀਂ ਉਹ ਕਲਾਕਾਰ ਜਿਹੜੇ ਦੁੱਖਾਂ 'ਚ ਨਿਕਲਦੇ ਆ ਤੇ ਪਰ ਦੁੱਖਾਂ ਦੇ ਵਿੱਚ ਕਿਸੇ ਦੇ ਸਹਾਈ ਨਹੀਂ ਹੁੰਦੇ ਤੁਸੀਂ ਗੱਲਾਂ ਵਾਲੇ ਆ ਤੁਸੀਂ ਵੋਟਾਂ ਲੈਣੀਆਂ ਜਾਣਦੇ ਆ ਧਰਮ ਦੇ ਨਾਂ ਤੇ ਉਹ ਸ਼ਹੀਦਾਂ ਦੇ ਨਾਂ ਤੇ ਲੈ ਗਏ ਤੁਸੀਂ ਧਰਮ ਦੇ ਨਾਂ ਤੇ ਵੋਟਾਂ ਲੈ ਗਏ ਪਰ ਜਿਹੜੇ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਂ ਤੇ ਵੋਟਾਂ ਲਈਆਂ ਉਹ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਭਜਾਉਣ ਵਾਸਤੇ ਜਾਨ ਕੁਰਬਾਨ ਕੀਤੀ ਆ ਤੇ ਜਿਹੜੇ ਧਰਮ ਦੀ ਤੁਸੀਂ ਵੋਟ ਲੈ ਕੇ ਜਿੱਤਦੇ ਰਹੇ ਆ ਉਹ ਮੋਡੀਆਂ ਨੇ ਆਪਦੇ ਘਰ ਕੁਰਬਾਨ ਕਰਕੇ ਲੋਕਾਂ ਦੀ ਜਾਨ ਬਚਾਈ ਆ ਲੋਕਾਂ ਦੇ ਘਰ ਬਚਾਏ ਆ ਤੇ ਤੁਸੀਂ ਤੁਸੀਂ ਕੀ ਕੀਤਾ ਤੁਸੀਂ ਲੋਕਾਂ ਦੇ ਘਰ ਉਜਾੜ ਕੇ ਆਪਦੇ ਘਰ ਬਣਾਏ ਆ ਫਰਕ ਬਹੁਤ ਆ ਤੁਹਾਡੇ ਚ ਉਹ ਜਿਨ੍ਹਾਂ ਦੀ ਤੁਸੀਂ ਸਿਰ ਤੇ ਜਿੱਤਦੇ ਆ ਉਹਨਾਂ ਨੇ ਆਪਦੇ ਘਰ ਉਜਾੜੇ ਸੀ ਤੁਸੀਂ ਲੋਕਾਂ ਦੇ ਉਜਾੜੇ ਆ ਤੇ ਭਗਵਾਨਤਮਾਨ ਬਿਮਾਰ ਪਿਆ ਸਾਡਾ ਪੈਸਾ ਲੱਗਣਾ ਮਨਜੀਤ ਸਿੰਘ ਜੀ ਤੁਸੀਂ ਰਹਿਣ ਦਿਓ ਤੁਹਾਡੀ ਪੈਨਸ਼ਨ ਵੀ ਸਾਡੇ ਸਿਰ ਤੋਂ ਹੀ ਚੱਲਦੀ ਆ ਜੇਕਰ ਤੁਹਾਨੂੰ ਲੋਕਾਂ ਦੇ ਪੈਸੇ ਦੀ ਫਿਕਰ ਆ ਨਾ ਤੁਸੀਂ ਆਪਦੀ ਪੈਨਸ਼ਨ ਘਟਾਓ ਜੇ ਤੁਹਾਨੂੰ ਲੋਕਾਂ ਦੇ ਕੰਮਾਂ ਦੀ ਫਿਕਰ ਆ ਪਹਿਲਾਂ ਹਸਪਤਾਲਾਂ ਦੇ ਵਿੱਚ ਘੇੜੇ ਮਾਰੋ ਐਵੇਂ ਗੱਲਾਂ ਨਹੀਂ ਕਰੀਦੀਆਂ ਕਰੇ ਹਸਪਤਾਲਾਂ 'ਚ ਘੇੜਾ ਮਾਰੇ ਆ ਵੀ ਉੱਥੇ ਲੋਕਾਂ ਦੀ ਸੁਣਵਾਈ ਹੁੰਦੀ ਕਿ ਨਹੀਂ ਹੁੰਦੀ ਜਿਹੜੇ ਤੁਸੀਂ ਬਠਿੰਡੇ ਦੇ ਹਸਪਤਾਲਾਂ ਦਾ ਨਾਮ ਲੈਨੇ ਆ ਉੱਥੇ ਮੈਂ ਦੋ ਵਾਰੀ ਜਾ ਕੇ ਆਇਆ ਆਮ ਬੰਦੇ ਨੂੰ ਖੰਗਣ ਨਹੀਂ ਦਿੰਦੇ ਜਿਹਦੀ ਕੋਈ ਜਾਨ ਪਛਾਣ ਹੁੰਦੀ ਓਥੇ ਬਹੁਤ ਕੁਝ ਹੋ ਜਾਂਦਾ ਤੇ ਐਵੇਂ ਤੁਸੀਂ ਗੱਲਾਂ ਕਰਨ ਜੋ ਕਰਿਆ ਆ ਆ ਭਗਵੰਤ ਮਾਨ ਦਾ ਇਲਾਜ ਹੋ ਜਾਊਗਾ ਜਿਹੜਾ ਵੀ ਮੰਤਰੀ ਬਿਮਾਰ ਹੋ ਗਿਆ ਉਹਦਾ ਇਲਾਜ ਹੋ ਜਾਊਗਾ ਪਰ ਲੋਕ ਦਾ 10 ਮਹੀਨਿਆਂ ਤੋਂ 2-2 ਸਾਲਾਂ ਤੋਂ ਮੰंजे ਤੇ ਪਏ ਆ ਉਹਨਾਂ ਨੂੰ ਪਿੰਡ ਦਾ ਜਾ ਕੇ ਕੋਈ ਜਾਨਵਰ ਪਤਾ ਲੈ ਨਹੀਂ ਜਾਂਦਾ ਬੰਦੇ ਨੇ ਤਾਂ ਲੈਣਾ ਹੀ ਕੀ ਆ ਤੁਸੀਂ ਉਹਨਾਂ ਬਾਰੇ ਕਰੋ ਖਾਂ ਤੁਹਾਡੇ ਹਰ ਪਾਰਟੀ ਦੇ ਤੁਸੀਂ ਰਲ ਮਿਲਾ ਕੇ ਪੰਜਾਬ ਨੂੰ ਖਾਦਾ ਕੋਈ ਅਕਾਲੀ ਦਲ ਕੋਈ ਪਾਸੇ ਨਹੀਂ ਪਿਆ ਜੇ ਤੁਹਾਨੂੰ ਪੰਜਾਬ ਦਾ ਫਿਕਰ ਆ ਤਾਂ ਤੁਹਾਡੇ ਹਰ ਪਿੰਡ ਦੇ ਵਿੱਚ 2 200 3 300 ਵੋਟ ਪਈ ਆ ਉਹਦੇ ਵਿੱਚੋਂ 20 20 ਤੁਹਾਡੇ ਤਗੜੇ ਵਰਕਰ ਆ ਪੱਕੇ ਉਹਨਾਂ ਨੂੰ ਕਹਿ ਕੇ ਜੋ ਮਰਜ਼ੀ ਕਰਾ ਦਿਓ ਪਿੰਡ ਦਾ ਤੁਸੀਂ ਗੱਲਾਂ ਕਰਨ ਜੋ ਕਰੇ ਆ ਉਹ ਤੁਹਾਨੂੰ ਫਿਕਰ ਫਕਰ ਹੈ ਨਹੀਂਗਾ ਤੁਹਾਨੂੰ ਆਪ ਦੀਆਂ ਕੁਰਸੀਆਂ ਦਾ ਫਿਕਰ ਆ ਕੁਰਸੀ ਦੇ ਭੁਖੇ ਤੁਸੀਂ ਇਲੈਕਸ਼ਨਾਂ ਵੇਲੇ ਬਾਹਰ ਨਿਕਲਦੇ ਆ ਉਦੋਂ ਪਹਿਲਾਂ ਲੋਕਾਂ ਦੀ ਗੱਲ ਨਹੀਂ ਕਰਦੇ ਮ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਤੂੰ ਰਹਿਣ ਦੇ ਬਾਬਾ ਤੂੰ ਆਪਦਾ ਕੰਮ ਵੇਖ ਕੋਈ ਜਿਹੜਾ ਕਰਨ ਵਾਲਾ ਬੰਦਾ ਤੂੰ ਕੋਈ ਬੋਟਾ ਮੁੱਟਾ ਕਿਤੇ ਹਲਕਾ ਪੱਕਾ ਕਰ ਆਉਂਦਾ ਜਿੱਥੋਂ ਤੂੰ ਜਿੱਤਣਾ ਐਵੇਂ ਲੋਕਾਂ ਨੂੰ ਕਿਉਂ ਆਪਦੇ ਹਾਰੇ ਲਾਇਆ ਤੇ 30 35 ਚੈਨਲ ਤੇਰੇ ਕੋਲ ਪਹੁੰਚ ਗਏ 30 35 ਚੈਨਲ ਹਸਪੀਟਲਾਂ 'ਚ ਨਹੀਂ ਪਹੁੰਚੇ ਲੋਕਾਂ ਤੋਂ ਪੁੱਛਣ ਵਾਸਤੇ ਕੀ ਤੁਹਾਡੀ ਸੁਣਵਾਈ ਹੋ ਰਹੀ ਆ 30 35 ਚੈਨਲ ਰਲ ਕੇ ਪਿੰਡਾਂ 'ਚ ਨਹੀਂ ਗਏ ਜਿਹੜੇ ਲੋਕ ਬਿਮਾਰ ਪਏ ਆ ਤੇ ਭਗਵੰਤ ਮਾਨ ਦਾ ਪਤਾ ਨਹੀਂ ਕੀ ਹੋਇਆ ਬਲੱਡ ਵਧਿਆ ਕੱਟਿਆ ਰੱਬ ਜਾਣੇ ਸਾਰੇ ਮੈਂ ਕੁਝ ਕੁ ਚੈਨਲਾਂ ਨੂੰ ਮੈਂ ਨਹੀਂ ਕਹਿੰਦਾ ਕੁਝ ਕੁ ਚੈਨਲ ਬਹੁਤ ਚੰਗੇ ਆ ਅੱਧੀ মিডিਆ ਤੇ ਲੱਗੀ ਪਈ ਆ ਵੇਖੋ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਡਿੱਗ ਪੇ ਡਿੱਗ ਪੇ ਡਿੱਗ ਪੇ ਇੱਕ ਕਰੀ ਦੱਸਿਆ ਵੀ ਡਿੱਗ ਪੇ ਤੇ ਦੂਜੀ ਵੀ ਦੱਸਿਆ ਵੀ ਡਿੱਗ ਪੇ ਸਾਨੂੰ ਪਤਾ ਲੱਗ ਗਿਆ ਹੇਰ ਜਿਹੜਾ ਮੰਤਰੀ ਤੁਹਾਨੂੰ ਬੁਲਾਉਂਦਾ ਤੁਸੀਂ ਜਾਂਦੇ ਆ ਪਰ ਲੋਕਾਂ ਦੀ ਗੱਲ ਵੀ ਕਰੋ ਯਾਰ ਲੋਕ ਹਸਪੀਟਲਾਂ ਵਿੱਚ ਮਰੀ ਜਾਂਦੇ ਆ ਆ ਡੀਸੀ ਦਫ਼ਤਰਾਂ ਦੇ ਵਿੱਚ ਲਾਈਨਾਂ ਬਣਾ ਕੇ ਲੋਕ ਖੜੇ ਹੁੰਦੇ ਆ ਪਿਛਪਾਰਸ਼ਾਂ ਲਈ ਗਾਂ ਲੰਗ ਜਾਂਦੇ ਐਸਐਸਪੀ ਦਫ਼ਤਰਾਂ ਦੇ ਵਿੱਚ ਵੀ ਐਂ ਹੁੰਦਾ ਥਾਣੇ ਕਚਹਿਰੀਆਂ ਦੇ ਵਿੱਚ ਵੀ ਐਂ ਹੁੰਦਾ ਉੱਥੇ ਬੋਲੋ ਬੋਲਦੇ ਕਿਉਂ ਨਹੀਂ ਮਜੀਠੀਆ ਨਹੀਂ ਬੋਲਦਾ ਕਿਉਂ ਨਹੀਂ ਬੋਲਦਾ ਕੋਈ ਉੱਥੇ ਕੋਈ ਨਹੀਂ ਬੋਲਦਾ ਕਿਉਂਕਿ ਤੁਸੀਂ ਸਿਰਫ ਮੰਤਰੀਆਂ ਤੇ ਤੰਜ ਕਸਣ ਜੋਗ ਰਹੇ ਆ ਮਜੀਠੀਆ ਵਰਗੇ ਔਰ ਇਹਨਾਂ ਨੂੰ ਲੋਕਾਂ ਦੀ ਪਰਵਾਹ ਨਹੀਂ ਜੇਕਰ ਮਜੀਠੀਆ ਸਾਹਿਬ ਬਿਮਾਰ ਵੇਖਣੇ ਆ ਤੇ ਦਿਹਾੜੀ ਕੋਈ ਸਾਡੇ ਨਾਲ ਲਾ ਲੋ ਇੱਕ ਮੇਰੀ ਪੰਜਾਬ ਦੇ ਲੋਕਾਂ ਅੱਗੇ ਬੇਨਤੀ ਆ ਕਿਹੜੇ ਪਿੰਡਾਂ 'ਚ ਕਿੰਨੇ ਬਿਮਾਰ ਪਏ ਆ ਉਹ ਭਾਈ ਤੁਸੀਂ ਥੱਲੇ ਕਮੈਂਟ ਲਿਖ ਕੇ ਆਪਦਾ ਨੰਬਰ ਲਿਖ ਕੇ ਪਿੰਡ ਦਾ ਨਾਮ ਲਿਖ ਕੇ ਹਲਕੇ ਦਾ ਨਾਮ ਲਿਖ ਕੇ ਬਲਾਕ ਦਾ ਨਾਮ ਲਿਖ ਕੇ ਤੁਸੀਂ ਭਾਈ ਦੱਸੋ ਜ਼ਿਲ੍ਹੇ ਦਾ ਨਾਮ ਲਿਖ ਕੇ ਮੈਂ ਉਸ ਮਸਲਿਆਂ ਤੇ ਬੋਲੂਗਾ ਕਿ ਉਹਨਾਂ ਬਾਰੇ ਕੋਈ ਸੁਣਾ ਉੱਥੇ ਵੇਖਾਂਗੇ ਕਿਹੜਾ ਅਕਾਲੀਆਂ ਦਾ ਵਰਕਰ ਪਹੁੰਚਦਾ ਕਿਹੜਾ ਆਪਣੇ ਝਾੜੂ ਵਾਲਿਆਂ ਦਾ ਪਹੁੰਚਦਾ ਜਾਂ ਹੋਰ ਕਿਹੜੀ ਪਾਰਟੀ ਦਾ ਉੱਥੇ ਵਰਕਰ ਜਾ ਕੇ ਕਿਸੇ ਬਿਮਾਰ ਦੀ ਪੁੱਛਗਿੱਛ ਕਰਦਾ ਵੋਟਾਂ ਵਾਲੇ ਦਿਨ ਤਾਂ ਤੁਹਾਨੂੰ ਮੰਜਿਆਂ ਤੋਂ ਵੀ ਚੱਕ ਲੈਂਦੇ ਆ ਵੋਟਾਂ ਵਾਲੇ ਦਿਨ ਤਾਂ ਤੁਸੀਂ ਭਲਾ 20 ਦਿਨ ਨਾਤੇ ਹੋਵੇਂ ਤੁਹਾਨੂੰ ਬੁੱਕਲ 'ਚ ਚੱਕ ਲੈਂਦੇ ਆ ਤੇ ਤੁਹਾਡਾ ਮੱਥਾ ਚੁੰਮਣ ਤੱਕ ਜਾਂਦੇ ਆ ਵੋਟਾਂ ਤੋਂ ਬਾਅਦ ਭਲਾ ਤੁਸੀਂ 5-5000 ਵਾਲਾ ਪਰਫਿਊਮ ਲਾਇਆ ਹੋਵੇ ਤੁਹਾਡੇ ਨੇੜੇ ਧੱਕ ਨਹੀਂ ਹੁੰਦੇ ਇਹ ਬਾਕੀ ਭਾਈ ਤੁਹਾਡੀ ਮਰਜ਼ੀ ਆ ਲੋਕ ਵੀ ਤੁਸੀਂ ਵੀ ਤੁਹਾਨੂੰ ਵੀ ਇਹਨਾਂ ਦੇ ਗੱਪਾਂ ਗੱਪ ਸੁਣ ਦੀ ਆਦਤ ਪੈ ਗਈ ਆ ਤੁਸੀਂ ਵੀ ਗੱਪਲ ਭੱਜਦੇ ਆ ਜਿਵੇਂ ਜ਼ਹਿਰ ਪਹਿਲਾਂ ਸਰਕਾਰ ਦਾ ਤੇ ਦਵਾਈ ਥੋੜਾ ਥੋੜਾ ਟਾਈਮ ਉਸੇ ਤਰ੍ਹਾਂ ਭਾਈ ਤੁਸੀਂ ਜ਼ਹਿਰ ਦੇ ਭਾਈਵਾਲ ਹੋ ਗਏ ਆ ਤੁਸੀਂ ਜ਼ਹਿਰ ਦੇ ਮਿੱਤਰ ਬਣ ਗਏ ਆ ਤੇ ਕਿਉਂਕਿ ਜ਼ਹਿਰ ਤੋਂ ਤੁਸੀਂ ਡਰਦੇ ਆ ਪਰ ਦਵਾਈ ਤੁਹਾਨੂੰ ਚੰਗੀ ਨਹੀਂ ਲੱਗਦੀ ਜਿਹੜੀ ਵੀ ਤੁਹਾਨੂੰ ਡਾਕਟਰ ਦਵਾਈ ਦੇਣ ਆਏ ਆ ਉਹਨਾਂ ਡਾਕਟਰਾਂ ਦਾ ਸਤਿਆਨਾਸ਼ ਹੋਇਆ ਚਾਹੇ ਉਹ ਸਾਡੇ ਉਦਮ ਸਿੰਘ ਜੀ ਹੋਣ ਚਾਹੇ ਉਹ ਸਾਡੇ ਭਗਤ ਸਿੰਘ ਜੀ ਹੋਣ ਜਿੰਨੇ ਸਾਡੇ ਸ਼ਹੀਦ ਹੋਏ ਆ ਉਹ ਸਾਰਿਆਂ ਨੇ ਤੁਹਾਡੇ ਪਿੱਛੇ ਸ਼ਹੀਦੀ ਪਾਈ ਆ ਪਰ ਉਹਨਾਂ ਡਾਕਟਰਾਂ ਦਾ ਤੁਸੀਂ ਮੁੱਲ ਨਹੀਂ ਪਾਇਆ ਤੇ ਜਿਹੜੇ ਜ਼ਹਿਰ ਵੇਚਣ ਵਾਲੇ ਸੀ ਉਹ ਜਿਨ੍ਹਾਂ ਨੇ ਉਹਨਾਂ ਜਿਨ੍ਹਾਂ ਨੇ ਕਦੇ ਹਮਲੇ ਕਰਾਤੇ ਕਦੇ ਕੁਸ਼ ਕਰਵਾਤੇ ਉਹਨਾਂ ਦੇ ਪੋਤਰੇ ਪਰਪੋਤਰ ਅੱਜ ਮੰਤਰੀ ਬਣੇ ਬੈਠੇ ਆ ਬਾਕੀ ਤੁਹਾਡੀ ਮਰਜ਼ੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਜੀਠੀਆ ਸਾਹਿਬ ਕੋਈ ਦੋਕ ਬੰਦੇ ਦਿਓਗਾ ਤੁਹਾਨੂੰ ਬਿਮਾਰਕ ਨਾ ਕਿ ਲਿਆਵਾਂ ਮੈਂ ਫਿਰ ਤੁਹਾਨੂੰ ਪਤਾ ਲੱਗੇ ਭਗਵੰਤ ਮਾਨ ਠੀਕ ਹੋ ਜਾਊਗਾ ਉਹਦੇ ਕੋਲ ਬਹੁਤ ਬਿਜ਼ਨਸਮੈਨ ਪਹੁੰਚਣਗੇ ਪਰ ਪਿੰਡ ਵਾਲਿਆਂ ਦੇ ਵੇਖੋ ਜਿਨ੍ਹਾਂ ਕੋਲ ਕੋਈ ਮੈਂਬਰ ਨਹੀਂ ਪਹੁੰਚਦਾ ਸਰਦਾਰ ਵਰਦਾ